देश ने मुड़ दोबारा गुलाम होना है। तो असी उदो तो एक यतन दे विच सीगे कि यह अंदोलन उठे तो लोगों नू दोबारा आज़ादी की लड़ाई दे विच पा के आज़ादी ले जा सके। तो 5 दिन च मुकजू, 10 दिन च मुकजू, या 20 दिन च मुकजू, नहीं, बिल्कुल नहीं मुकना। यह अंदोलन लंबा चलना है और बहुत लंबा चलना है। सरकार के खिलाफ कली दे नहीं, यह अंदोलन कारपोरेट सिस्टम के खिलाफ है और नाल WTO दे गैट दे खिलाफ है। किसानों वाल सरकार ध्यान देवे ते हुण यू टर्न क्यों लै रहे ने, हुण इह कह रहे ने कानून बहुत वधिया है। किसानी अंदोलन नूं लैके किसान आगुआं वल्लों लगातार जिहड़े आ तिखे प्रोग्राम किए जा रहे ने। पहलां चक्का जाम किया सी, उस तों बाद जिहड़ा रेलां रोकियां जाणियां ने। ਤਾਂ ਇਸ ਵਕਤ ਸਾਡੇ ਨਾਲ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮੌਜੂਦ ਨੇ। ਡੱਲੇਵਾਲ ਸਾਹਿਬ ਨਾਲ ਗੱਲਬਾਤ ਕਰਦੇ। ਡੱਲੇਵਾਲ ਸਾਹਿਬ, ਲਗਾਤਾਰ ਜਿਹੜਾ ਇਸ ਅੰਦੋਲਨ ਪਹਿਲਾਂ ਐਜੀਟੇਸ਼ਨ ਆ ਜਿਹਦੇ ਵਿੱਚ ਲੋਕਾਂ ਦੀਆਂ ਲੋਕ ਵੱਡੀ ਤਾਦਾਦ ਦੇ ਵਿੱਚ ਜੁੜ ਰਹੇ ਨੇ, ਇੱਥੋਂ ਤੱਕ ਕਿ ਛੋਟੇ ਛੋਟੇ ਬੱਚੇ, ਸਾਡੇ ਬਜ਼ੁਰਗ, ਸਾਡੀਆਂ ਮਾਵਾਂ ਭੈਣਾਂ ਸਾਰੀਆਂ ਆ ਰਹੇ, ਜਜ਼ਬਾਤ ਜੁੜੇ ਹੋਏ ਨੇ ਲੋਕਾਂ ਦੇ ਨਾਲ, ਭਾਵਨਾਵਾਂ ਜਿਹੜੀਆਂ ਜੁੜੀਆਂ ਹੋਈਆਂ ਨੇ। ਲੋਕਾਂ ਦਾ ਇਹੀ ਸਵਾਲ ਆ ਕਿ ਲੀਡਰ ਜਿਹੜੇ ਨੇ ਉਹ ਇਹਨਾਂ ਜਜ਼ਬਾਤਾਂ ਅਤੇ ਇਹਨਾਂ ਭਾਵਨਾਵਾਂ 'ਤੇ ਜਿਹੜੇ ਖਰੇ ਉਤਰਨਗੇ। ਦੇਖੋ, ਅੰਦੋਲਨ ਪਹਿਲੀ ਤਾਂ ਗੱਲ ਹੈ ਖੜ੍ਹਾ ਕਰਨ ਦੇ ਉੱਤੇ, ਜਿੰਨਾ ਜਿਹਨੂੰ ਇਹਦੀ ਬੈਕਗ੍ਰਾਉਂਡ ਵੇਖੀਏ ਨਾ, ਤਾਂ ਇਹਦੇ ਵਿੱਚ ਬਹੁਤ ਸਾਰੇ ਲੀਡਰ ਤੁਹਾਨੂੰ ਇਹੋ ਜਿਹੇ ਮਿਲ ਜਾਣਗੇ। ਜਿਵੇਂ ਖਾਸ ਕੇ ਮੈਂ ਹੋਰ ਕਿਸੇ ਦੀ ਗੱਲ ਨਾ ਕਰਾਂ, ਮੈਂ ਆਪਦੀ ਗੱਲ ਦੱਸਦਾ ਤੁਹਾਨੂੰ ਕਿ 1994 ਦੇ ਵਿੱਚ ਜਿਸ ਵੇਲੇ ਗੈਟ 'ਤੇ ਸਾਈਨ ਹੋਏ ਆ, ਉਸ ਵੇਲੇ ਮੈਂ ਜਵਾਨ ਉਮਰ, ਮੰਨ ਲਓ ਬਹੁਤੀ ਜ਼ਿਆਦਾ ਉਮਰ ਨਹੀਂ ਸੀ, ਹਜੇ 35-36 ਸਾਲ ਦੀ ਉਮਰ ਸੀ। ਉਸ ਵੇਲੇ ਦੇ ਅਸੀਂ ਇਸ ਅੰਦੋਲਨ ਦੇ ਨੂੰ ਪਖਾਉਣ ਦਾ ਯਤਨ ਕਰ ਰਹੇ ਹਾਂ, ਕਿਉਂਕਿ ਸਾਨੂੰ ਪਤਾ ਸੀ ਜਿਹੜੇ ਗੈਟ 'ਤੇ ਸਾਈਨ ਹੋਏ ਨਾ, ਇਹਨਾਂ ਦਾ ਜਦੋਂ ਗੈਟ ਦੇ ਪੂਰੇ ਪ੍ਰਭਾਵ ਲੋਕਾਂ ਦੇ ਸਾਹਮਣੇ ਆਉਣੇ ਆ, ਉਸ ਵੇਲੇ ਇਸ ਦੇਸ਼ ਨੇ ਮੁੜ ਦੁਬਾਰਾ ਗੁਲਾਮ ਹੋਣਾ ਹੈ। ਇਹ ਉਹ ਆ ਸਾਰਾ ਕੁਛ, ਜ਼ਮੀਨ ਦੇ ਉੱਤੇ ਵਾਰ ਹੋ ਰਿਹਾ, ਸਾਡੀ ਫੈਕਟਰੀਆਂ 'ਤੇ ਛੋਟੀਆਂ 'ਤੇ ਵਾਰ ਹੋ ਰਿਹਾ, ਛੋਟੇ ਵਪਾਰ 'ਤੇ ਵਾਰ ਹੋ ਰਿਹਾ, ਸਾਰਾ ਸਿਸਟਮ ਉੱਧਰ ਨੂੰ ਜਾ ਰਿਹਾ, ਕੰਪਨੀ ਵੱਲ, ਕੰਪਨੀਵਾਦ ਵੱਲ ਨੂੰ ਵੱਧ ਰਹੇ ਹਾਂ ਅਸੀਂ ਦੁਬਾਰਾ ਫਿਰ। ਤੋ ਸਾਨੂੰ ਉਸ ਵੇਲੇ ਪਤਾ ਸੀ, ਉਸ ਵੇਲੇ ਦੇ ਅਸੀਂ ਜਿੰਨੀ ਕੁ ਸਾਡੇ ਨਾਲ ਸਾਡੀ ਸਮਝ ਸੀ ਜਾਂ ਸਾਡਾ ਦਾਇਰਾ ਲੈਵਲ ਹੁੰਦਾ ਹੈ, ਉਹਦੇ 'ਚ ਅਸੀਂ ਪ੍ਰਚਾਰ ਵੀ ਕਰਦੇ ਰਹੇ। ਲੇਕਿਨ ਇਹ ਜ਼ਰੂਰ ਰਿਹਾ, ਮੈਂ ਦੇਖਦਾ ਕਿ ਕਿਤੇ ਨਾ ਕਿਤੇ ਅਸੀਂ ਕਿਸਾਨੀ ਨੂੰ ਸਮਝਾਉਣ 'ਚ ਜਾਂ ਕਿਸਾਨੀ ਨੂੰ ਸਮਝਣ ਦੇ ਵਿੱਚ ਕਿਤੇ ਨਾ ਕਿਤੇ ਸਾਡੀ ਗੈਪ ਰਿਹਾ, ਜਿਹਦੇ ਕਰਕੇ ਉਹਨੂੰ ਉਸ ਵੇਲੇ ਕਿਸਾਨ ਅੰਦੋਲਨ ਨੂੰ ਅਗਰ ਲੋਕ ਉਸੇ ਵੇਲੇ ਸਮਝ ਜਾਂਦੇ ਜਦੋਂ ਗੈਟ 'ਤੇ ਸਾਈਨ ਹੋ ਰਹੇ ਸੀ, ਸ਼ਾਇਦ ਆ ਦਿਨ ਨਾ ਵੇਖਣੇ ਪੈਂਦੇ। ਔਰ ਉਸ ਤੋਂ ਬਾਅਦ ਜਦੋਂ ਇਹ 'ਤੇ ਸਾਈਨ ਹੋਏ, ਫਿਰ 2005 ਦੇ ਵਿੱਚ ਇਹਨੇ 4 'ਚ ਲਾਗੂ ਹੋਣਾ ਸੀ, ਸਾਲ ਹੋਰ ਸਰਕਾਰ ਨੇ ਵਧਾਇਆ, 2005 'ਚ ਲਾਗੂ ਹੋਣਾ ਸੀ। 2005 'ਚ ਕਿਵੇਂ ਸਰਕਾਰਾਂ ਬਦਲੀਆਂ ਗਈਆਂ, ਕਿਵੇਂ ਕਿਵੇਂ ਸਾਰਾ ਢਾਂਚਾ, ਉਹ ਸਾਰੀ ਸਾਰੀ ਪਿਕਚਰ ਹੈ, ਇੱਕ ਕਹਾਣੀ ਹੈ ਜਿਹੜੀ ਸਾਡੇ ਸਾਹਮਣੇ ਆਈ ਹੈ। ਤੋ ਅਸੀਂ ਉਦੋਂ ਤੋਂ ਇੱਕ ਯਤਨ ਦੇ ਵਿੱਚ ਸੀਗੇ ਕਿ ਇਹ ਅੰਦੋਲਨ ਉੱਠੇ ਅਤੇ ਲੋਕਾਂ ਨੂੰ ਦੁਬਾਰਾ ਆਜ਼ਾਦੀ ਦੀ ਲੜਾਈ ਦੇ ਵਿੱਚ ਪਾ ਕੇ ਆਜ਼ਾਦੀ ਲਈ ਜਾ ਸਕੇ, ਜਿਹਦੇ ਵਿੱਚੋਂ ਅੱਜ ਖੇਤੀ ਕਾਨੂੰਨਾਂ ਨੂੰ ਲੈ ਕੇ ਅੰਦੋਲਨ ਖੜ੍ਹਾ ਹੋਇਆ ਹੈ। ਮੇਰਾ ਖਿਆਲ ਹੈ ਜਿਸ ਵੇਲੇ ਇਹ ਅੰਦੋਲਨ ਖੜ੍ਹਾ ਹੋਇਆ ਹੈ, ਉਦੋਂ ਬਹੁਤ ਘੱਟ ਕਿਸਾਨ ਇਸ ਗੱਲ ਤੋਂ ਜਾਣੂ ਸੀਗੇ ਵੀ ਇਹ ਖੇਤੀ ਕਾਨੂੰਨ ਕੀ ਨੇ, ਕਿਵੇਂ ਆਏ। ਅਤੇ ਮੈਂ ਵਾਹਿਗੁਰੂ ਦੀ ਕਿਰਪਾ ਕਰ ਮੰਨੂੰਗਾ ਕਿ ਬਹੁਤ ਛੇਤੀ ਪੰਜਾਬ ਦੇ ਕਿਸਾਨਾਂ ਨੇ 3 ਕੁ ਮਹੀਨਿਆਂ ਦੀ ਮਿਹਨਤ ਨਾਲ ਸਾਰੀ ਕੁਛ ਨੂੰ ਸਮਝ ਲਿਆ, ਸਾਰੀ ਕਹਾਣੀ ਨੂੰ ਸਮਝ ਲਿਆ। ਔਰ ਉਸ ਤੋਂ ਬਾਅਦ ਹਰਿਆਣਾ ਬਹੁਤ ਪਿੱਛੇ ਰਿਹਾ, ਜਦੋਂ ਆਪਾਂ ਦਿੱਲੀ ਦਾ ਪ੍ਰੋਗਰਾਮ ਦਿੱਤਾ ਤਾਂ ਹਰਿਆਣਾ ਨੇ ਵੀ ਮਤਲਬ ਪੂਰਾ ਵੱਧ ਚੜ੍ਹ ਕੇ ਮਤਲਬ ਪਾਰਟੀਸਪੇਟ ਕੀਤਾ ਔਰ ਲੜਾਈ ਲੜੀ। ਤੋਂ ਮੇਰਾ ਗੱਲ ਕਰਨ ਦਾ, ਤੁਹਾਡੇ ਸਵਾਲ ਦਾ ਜਵਾਬ ਇਹ ਹੈ ਕਿ ਅਸੀਂ ਜਿਹੜੇ ਲਗਾਤਾਰ ਇਸ ਗੱਲ ਨੂੰ ਸਮਝ ਕੇ ਲੜ ਰਹੇ ਹਾਂ ਕਿ ਜ਼ਮੀਨ ਜਾਣੀ ਹੈ, ਔਰ ਜ਼ਮੀਨ ਜਾਣ ਦੀ ਖਾਤਰ, ਲੋਕਾਂ ਨੂੰ ਲੜਾਉਣ ਦੀ ਖਾਤਰ, ਲੋਕਾਂ ਨੂੰ ਅੰਦੋਲਨ 'ਚ ਪਾਉਣ ਦੀ ਖਾਤਰ ਇੰਨੇ ਲੰਬੇ ਸਮੇਂ ਤੋਂ ਲੰਬੇ ਅਰਸੇ ਤੋਂ ਯਤਨਸ਼ੀਲ ਸੀ ਔਰ ਅੱਜ ਉੱਠੇ ਹਾਂ ਅਸੀਂ। ਅੱਜ ਅਸੀਂ ਤਾਂ ਇੱਕ ਮਤਲਬ ਭਾਗਾਂ ਵਾਲਾ ਦਿਨ ਗਿਣਾਂਗੇ ਕਿ ਕਿਸਾਨੀ ਜਾਗ ਪਈ ਹੈ ਅਤੇ ਕਿਸਾਨੀ ਆਪਦੇ ਹੱਕ ਲੈਣ ਲਈ ਅਵੇਅਰ ਹੈ। ਹਾਂ, ਇੱਕ ਗੱਲ ਦੀ ਜ਼ਰੂਰ ਲੋੜ ਹੈ ਇੱਥੇ ਕਿ ਜਿਸ ਤਰ੍ਹਾਂ ਦੀ ਲੜਾਈ ਹੈ, ਜਿਸ ਤਰ੍ਹਾਂ ਦਾ ਅੰਦੋਲਨ ਹੈ, ਇੱਥੇ ਅੰਦੋਲਨ ਪੀਸਫੁਲੀ, ਅਗਰ ਅੰਦੋਲਨ ਲੜਨ ਦੇ ਵਿੱਚ ਅਸੀਂ ਸਫਲ ਹੋ ਗਏ ਤਾਂ 100% ਅਸੀਂ ਜਿੱਤਾਂਗੇ। ਅਗਰ ਸਰਕਾਰ ਸਾਡਾ ਅੰਦੋਲਨ ਖਿਲਾਰਨ ਦੇ ਲਈ, ਸਾਨੂੰ ਹਿੰਸਕ ਕਰਨ ਵਾਸਤੇ, ਸਾਨੂੰ ਭੜਕਾਉਣ ਵਾਸਤੇ ਤਰ੍ਹਾਂ ਤਰ੍ਹਾਂ ਦੀਆਂ ਚਾਲਾਂ ਚੱਲ ਸਕਦੀ ਹੈ, ਅਗਰ ਉਹਦੇ ਦੇ ਵਿੱਚ ਅਸੀਂ ਕਿਤੇ ਨਾ ਕਿਤੇ ਟ੍ਰੈਪ 'ਚ ਫਸ ਗਏ ਤਾਂ ਸਾਡਾ ਅੰਦੋਲਨ ਮਤਲਬ ਖਰਾਬ ਹੋ ਸਕਦਾ ਹੈ। ਤੋ ਇਸ ਕਰਕੇ ਅੰਦੋਲਨ ਨੂੰ ਬਚਾ ਕੇ ਲਿਜਾ ਕੇ ਸਿਰੇ ਲਾਉਣਾ, ਇਹ ਸਾਡਾ ਸਾਰਿਆਂ ਦੀ ਜ਼ਿੰਮੇਵਾਰੀ ਹੈ ਔਰ ਇਹਦੇ ਇਕੱਲੇ ਆਗੂਆਂ ਦੀ ਜ਼ਿੰਮੇਵਾਰੀ ਨਹੀਂ ਰਹਿ ਜਾਂਦੀ ਹੁੰਦੀ, ਇੱਥੇ ਆਮ ਪਬਲਿਕ ਦੀ ਵੀ ਜ਼ਿੰਮੇਵਾਰੀ ਬਣਦੀ ਹੈ। ਤਕੜੇ ਹੋ ਕੇ ਅਸੀਂ ਸ਼ਾਂਤਮਈ ਢੰਗ ਦੇ ਨਾਲ ਇਸ ਅੰਦੋਲਨ ਨੂੰ ਅੱਗੇ ਲੈ ਕੇ ਜਾਈਏ
ਤਾਂ ਮੈਨੂੰ ਨਹੀਂ ਲੱਗਦਾ ਗਾ ਵੀ ਇਹ ਅੰਦੋਲਨ ਹਾਰਾਂਗੇ ਅਸੀਂ ਅੰਦੋਲਨ ਜਿੱਤਾਂਗੇ ਕਿਉਂਕਿ ਅੰਦੋਲਨ ਪੂਰਾ ਦੇਸ਼ ਇਸ ਅੰਦੋਲਨ ਨਾਲ ਜੁੜ ਰਿਹਾ ਹੈ ਇਕੱਲਾ ਦੇਸ਼ ਨਹੀਂ ਜੁੜ ਰਿਹਾ ਵਿਦੇਸ਼ਾਂ ਦੇ ਵਿੱਚ ਬੈਠੇ ਲੋਕ ਵੀ ਇਸ ਅੰਦੋਲਨ ਨਾਲ ਜੁੜ ਰਿਹਾ ਇਕੱਲਾ ਕਿਸਾਨ ਨਹੀਂ ਜੁੜ ਰਿਹਾ ਇਸ ਅੰਦੋਲਨ ਦੇ ਨਾਲ ਅੱਜ ਆਮ ਲੋਕਾਂ ਤੋਂ ਵੀ ਪੂਰਨ ਤੌਰ ਤੇ ਸਮਰਥਨ ਮਿਲ ਰਿਹਾ ਹੈ ਜਦੋਂ ਆਮ ਲੋਕਾਂ ਤੋਂ ਸਮਰਥਨ ਮਿਲੇ ਤਾਂ ਆਮ ਜਨ ਅੰਦੋਲਨ ਦਾ ਰੂਪ ਧਾਰਨ ਕਰ ਜਾਂਦਾ ਹੈ ਔਰ ਉਹਨਾਂ ਹਾਲਾਤਾਂ ਦੇ ਵਿੱਚ ਇਹਨੂੰ ਸ਼ਾਂਤੀਪੂਰਵਕ ਰੱਖ ਕੇ ਇਹਨੂੰ ਸਿਰੇ ਤੱਕ ਲੈ ਕੇ ਜਾਣਾ ਇਹ ਅੰਦੋਲਨ ਇਹ ਨਹੀਂ ਹੈ ਕਿ 5 ਦਿਨ 'ਚ ਮੁੱਕ ਜੂ 10 ਦਿਨ 'ਚ ਮੁੱਕ ਜੂ ਜਾਂ 20 ਦਿਨ 'ਚ ਮੁੱਕ ਜੂ ਨਹੀਂ ਬਿਲਕੁਲ ਨਹੀਂ ਮੁੱਕਣਾ ਇਹ ਅੰਦੋਲਨ ਲੰਬਾ ਚੱਲਣਾ ਹੈ ਔਰ ਬਹੁਤ ਲੰਬਾ ਚੱਲਣਾ ਹੈ ਲੰਬਾ ਕਿਉਂ ਚੱਲਣਾ ਹੈ ਜੇ ਤਾਂ ਹੋਵੇ ਸਾਡੀ ਸਰਕਾਰ ਨਾਲ ਲੜਾਈ ਤਾਂ ਸਰਕਾਰ ਨੂੰ ਕਿਤੇ ਨਾ ਕਿਤੇ ਦਿਸਣ ਲੱਗ ਜਾਂਦਾ ਹੁੰਦਾ ਹੈ ਕਿ ਵੀ ਸਾਡੀ ਸਰਕਾਰ ਟੁੱਟੂਗੀ ਜਾਂ ਸਾਡੀ ਸਰਕਾਰ ਅੱਗੇ ਬਣਨੀ ਨਹੀਂ ਸਾਨੂੰ ਇੱਥੇ ਬਦਲਾਅ ਲਿਆਉਣਾ ਚਾਹੀਦਾ ਹੈ ਇਹ ਸਰਕਾਰ ਨਾਲ ਅੰਦੋਲਨ ਨਹੀਂ ਹੈ ਸਰਕਾਰ ਦੇ ਖਿਲਾਫ ਇਕੱਲੀ ਦੇ ਨਹੀਂ ਇਹ ਅੰਦੋਲਨ ਕਾਰਪੋਰੇਟ ਸਿਸਟਮ ਦੇ ਖਿਲਾਫ ਹੈ ਔਰ ਨਾਲ WTO ਦੇ ਗੈਟ ਦੇ ਖਿਲਾਫ ਹੈ ਔਰ ਗੈਟ ਤੁਸੀਂ ਨੋਟ ਕਰਿਓ ਪਿੱਛੇ ਕੀ ਹੋਇਆ ਪਿੱਛੇ ਇੱਕ ਵਾਰੀ ਤਾਂ ਅਮਰੀਕਾ ਨੇ ਅਤੇ ਆਪਣਾ ਕੈਨੇਡਾ ਨੇ ਇੱਕ ਵਾਰੀ ਤਾਂ ਇਹ ਕਹਿਤਾ ਸੀ ਨਾ ਤੁਸੀਂ ਸਾਰਿਆਂ ਨੂੰ ਪ੍ਰੈਸ ਨੂੰ ਪਤਾ ਹੈ ਕਿ ਇਹ ਕਹਿਤਾ ਸੀਗਾ ਵੀ ਕਿਸਾਨਾਂ ਵੱਲ ਸਰਕਾਰ ਧਿਆਨ ਦੇਵੇ ਅਤੇ ਹੁਣ ਯੂ ਟਰਨ ਕਿਉਂ ਲੈ ਰਹੇ ਨੇ ਹੁਣ ਇਹ ਕਹਿ ਰਹੇ ਨੇ ਕਾਨੂੰਨ ਬਹੁਤ ਵਧੀਆ ਹੈ ਕਿਉਂ ਕਹਿ ਰਹੇ ਨੇ ਕਾਨੂੰਨ ਬਹੁਤ ਵਧੀਆ ਇਹਦਾ ਮਤਲਬ ਕੀ ਹੈ ਕਿ ਜਿਹੜਾ ਕੁਛ ਉਹ ਜਿਸ ਤਰੀਕੇ ਦੇ ਨਾਲ ਗੈਟ ਦੇ ਦਬਾਅ ਥੱਲੇ ਲਿਆ ਕੇ ਸਾਡੀ ਜ਼ਮੀਨ ਲੈਣੀ ਚਾਹੁੰਦੇ ਹੈ ਤਾਂ ਜੇ ਉਹ ਸਾਡਾ ਇੱਕ ਅੰਦੋਲਨ ਦਾ ਸਮਰਥਨ ਕਰਦੇ ਆ ਸਰਕਾਰ ਨੂੰ ਨਿੰਦਦੇ ਆ ਸਰਕਾਰ ਨੂੰ ਬੁਰਾ ਕਹਿੰਦੇ ਆ ਤਾਂ ਸਰਕਾਰ ਨੂੰ ਉਹਦੇ ਤੋਂ ਯੂ ਟਰਨ ਲੈਣਾ ਸੌਖਾ ਹੈ ਕਿ ਤੁਸੀਂ ਸਾਨੂੰ ਪਿਛਾਂ ਹਟਾਇਆ ਗੈਟ ਦੇ ਵਿੱਚ ਦੇ ਦਬਾਅ ਥੱਲੇ ਗੈਟ ਦੇ ਘੇਰੇ 'ਚ ਆ ਕੇ ਸਰਕਾਰ ਇਹ ਕਾਨੂੰਨ ਲੈ ਕੇ ਆਈ ਹੈ ਔਰ ਗੈਟ ਆ ਜਿਹੜਾ ਉਹਦੇ ਉੱਤੇ ਮਤਲਬ ਪੂਰੀ ਤਰ੍ਹਾਂ ਪ੍ਰਭਾਵੀ ਹੈ ਅਮਰੀਕਾ ਵਰਗੇ ਦੇਸ਼ਾਂ ਦਾ ਪ੍ਰਭਾਵ ਹੋਣ ਕਰਕੇ ਵਰਲਡ ਬੈਂਕ ਦਾ ਪ੍ਰਭਾਵ ਹੋਣ ਕਰਕੇ IMF ਦੇ ਪ੍ਰਭਾਵ ਹੋਣ ਕਰਕੇ ਇਹਨੂੰ ਬੜੀ ਵੱਡੀ ਲੜਾਈ ਆ ਇਹਨੂੰ ਇੱਕ ਛੋਟੀ ਜਿਹੀ ਲੜਾਈ ਨਹੀਂ ਹੈ ਜੇ ਅਸੀਂ ਕਹੀਏ ਕਿ 1 ਮਹੀਨੇ ਦੇ ਵਿੱਚ ਜਿੱਤ ਲਾਂਗੇ ਜਾਂ 2 ਮਹੀਨੇ ਜਿੱਤ ਲਾਂਗੇ ਜਾਂ 4 ਜਾਂ 6 ਮਹੀਨੇ ਜਿੱਤ ਲਾਂਗੇ ਸਾਨੂੰ ਇਹ ਮਨ ਬਣਾ ਕੇ ਚੱਲਣਾ ਚਾਹੀਦਾ ਕਿ ਸਰਕਾਰਾਂ ਲੱਖ ਬਦਲ ਜਾਣ ਸਾਨੂੰ ਇਹ ਅੰਦੋਲਨ ਜਾਰੀ ਰੱਖਣਾ ਪੈਣਾ ਔਰ ਜਿੰਨਾ ਚਿਰ ਇਹ ਕਾਨੂੰਨਾਂ ਤੋਂ ਪਿੱਛੇ ਹਟ ਕੇ ਪਹਿਲੀ ਲੜਾਈ ਸਾਡੀ ਕਾਨੂੰਨਾਂ ਦੀ ਹੈ ਸਾਨੂੰ ਕੇਵਲ ਕਾਨੂੰਨਾਂ ਤੱਕ ਕੇਂਦਰਿਤ ਰੱਖਣੀ ਚਾਹੀਦੀ ਇਹਨੂੰ ਭੜਕਣ ਨਹੀਂ ਦੇਣਾ ਚਾਹੀਦਾ ਅਗਰ ਅਸੀਂ ਕਾਨੂੰਨਾਂ ਦੇ ਉੱਤੇ ਲੜਾਈ ਲੜਨ 'ਚ ਸਫਲ ਹੋ ਗਏ ਫਿਰ ਜਾ ਕੇ ਅਗਲੀ ਲੜਾਈ ਸਾਡੀ ਕੀ ਸ਼ੁਰੂ ਹੋਏਗੀ ਉਹ ਸਵਾਮੀਨਾਥਨ ਦੀ ਰਿਪੋਰਟ ਦੀ ਸ਼ੁਰੂ ਹੋਏਗੀ ਔਰ ਉਹ ਗੈਟ ਨੂੰ ਪਿੱਛੇ ਧੱਕਣ ਦੀ ਗੱਲ ਹੋਏਗੀ ਗੈਟ ਦੇ ਵਿੱਚੋਂ ਦੇਸ਼ ਨੂੰ ਬਾਹਰ ਲਿਆਉਣ ਦੀ ਲੜਾਈ ਸ਼ੁਰੂ ਹੋਏਗੀ ਇਹ ਲੜਾਈ ਬਹੁਤ ਲੰਬੀ ਹੈ ਛੋਟੀ ਲੜਾਈ ਨਹੀਂ ਹੈ ਤੁਸੀਂ ਕਿਹਾ ਡੱਲੇਵਾਲ ਸਾਹਿਬ ਲੜਾਈ ਬਹੁਤ ਲੰਬੀ ਆ ਖੇਤੀ ਕਾਨੂੰਨਾਂ ਦੀ ਹੁਣ ਗੱਲ ਕਰਦੇ ਹਾਂ ਇਸ ਤੋਂ ਪਹਿਲਾਂ ਜੇ ਪਿੱਛੇ ਜਾਈਏ ਤਾਂ ਹਰੀ ਕ੍ਰਾਂਤੀ ਵੇਲੇ ਜਿਹੜਾ ਉਹ ਰੇਹਾਂ ਸਪਰੇਆਂ ਵਾਲੀਆਂ ਆਪਣੇ ਪਾ ਕੇ ਜ਼ਮੀਨਾਂ ਦੇ ਵਿੱਚ ਅੱਜ ਜ਼ਮੀਨਾਂ ਵੀ ਜਿਹੜੀਆਂ ਬਹੁਤੀਆਂ ਆਬਾਦ ਨਹੀਂ ਰਹਿ ਗਈਆਂ ਜੇ ਮਾਲਵੇ ਦੀ ਗੱਲ ਕੀਤੀ ਜਾਵੇ ਤਾਂ ਪਾਣੀ ਜਿਹੜਾ ਬਹੁਤ ਜਿਹੜਾ ਉੱਥੇ ਖਰਾਬ ਹੋ ਚੁੱਕਾ ਪਾਣੀ ਦਾ ਪੱਧਰ ਜਿਹੜਾ ਵਾ ਬਹੁਤ ਡੂੰਘਾ 'ਚ ਹੋ ਚੁੱਕਾ ਵਾ ਤਾਂ ਕੀ ਮੰਨਦੇ ਹੋ ਖੇਤੀ ਕਾਨੂੰਨਾਂ ਦੇ ਨਾਲ ਨਾਲ ਇਹ ਵੀ ਮਸਲੇ ਜਿਹੜੇ ਪੰਜਾਬ ਦੇ ਇਹ ਵੀ ਜਿਹੜੇ ਆ ਉਹ ਉਠਾਉਣ ਯੋਗ ਹੈਗੇ ਨੇ ਕਿਉਂਕਿ ਜ਼ਮੀਨਾਂ ਦੀ ਗੱਲ ਹੋ ਰਹੀ ਹੈ ਇਸ ਵਕਤ ਹਾਂ ਇਹ ਜਿਹੜੀ ਤੁਸੀਂ ਇਹ ਗੱਲ ਕੀਤੀ ਹੈ ਐਗਰੀਕਲਚਰ ਯੂਨੀਵਰਸਿਟੀਆਂ ਜੋ ਕੁਛ ਵੀ ਆਇਆ ਇਹ ਗ੍ਰੀਨ ਰੈਵੋਲਿਊਸ਼ਨ ਦੇ ਵਿੱਚੋਂ ਆਇਆ ਅੱਜ ਕਿਸਾਨ ਦੀ ਜੋ ਦਸ਼ਾ ਹੋਈ ਹੈ ਉਹ ਗ੍ਰੀਨ ਰੈਵੋਲਿਊਸ਼ਨ ਦੀ ਦੇਣ ਹੈ ਅਨਾਜ ਜ਼ਰੂਰ ਵੱਧ ਗਿਆ ਅਨਾਜ ਮਤਲਬ ਅਸੀਂ ਕੋਠੇ ਭਰਨੇ ਛੱਡ ਕੇ ਅਸੀਂ ਸਟੋਰ ਭਰਤੇ ਸਰਕਾਰਾਂ ਨੇ ਵੀ ਮਤਲਬ ਕਮੀ ਨਹੀਂ ਛੱਡੀ ਲੇਕਿਨ ਕਿਸਾਨ ਦਾ ਹਾਲਾਤ ਦਿਨੋ ਦਿਨ ਮਤਲਬ ਡਾਊਨ ਹੁੰਦਾ ਗਿਆ ਇਹਨੂੰ ਪਰਖਣ ਦੀ ਲੋੜ ਹੈ ਜਦੋਂ ਸਾਡਾ ਬਜ਼ੁਰਗ ਮਸਾਂ 1 ਜਾਂ 2 ਗੱਡੇ ਸ਼ਬਦ ਮੈਂ ਵਰਤਿਆ ਭਾਵ 100 ਮਣ 50 ਮਣ 70 ਮਣ ਇੰਨੇ ਕੁ ਦਾਣੇ ਵੇਚਦਾ ਸੀ ਸਾਡਾ ਬਜ਼ੁਰਗ ਸਿਰ ਕਰਜ਼ਾ ਨਹੀਂ ਸੀ ਔਰ ਅੱਜ ਅਸੀਂ ਉਹ ਬਜ਼ੁਰਗ ਨਾਲੋਂ 20-20 ਗੁਣਾ ਦਾਣੇ ਵੱਧ ਵੇਚ ਰਹੇ ਹਾਂ 15-15 18-18 30-30 ਗੁਣਾ ਦਾਣੇ ਵੱਧ ਵੇਚ ਰਹੇ ਹਾਂ ਇੰਨੇ ਦਾਣੇ ਵੱਧ ਵੇਚਣ ਦੇ ਬਾਵਜੂਦ ਵੀ ਕਿਸਾਨ ਕਰਜ਼ਾਈ ਹੋ ਰਿਹਾ ਹੈ ਤਾਂ ਇਹਦੇ ਮਗਰਲੇ ਪਾਸੇ ਕੋਈ ਨਾ ਕੋਈ ਕਾਰਨ ਹੈ ਔਰ ਉਹ ਕਾਰਨ ਬਹੁਤ ਵੱਡਾ ਹੈ ਉਹ ਮੇਨ ਕਾਰਨ ਹੈ ਕਿ ਗ੍ਰੀਨ ਰੈਵੋਲਿਊਸ਼ਨ ਲਿਆ ਕੇ ਲੋਕਾਂ ਨੂੰ ਖੇਤੀਬਾੜੀ ਦੇ ਉੱਤੇ ਵੱਧ ਖਰਚੇ ਕਰਵਾ ਕੇ ਔਰ ਘੱਟ ਪਾ ਦੇ ਕੇ ਇਹਦੇ ਮਗਰ ਵੀ ਇੱਕ ਕਾਨੂੰਨ ਖੜ੍ਹਾ ਹੈ ਜਿਹੜਾ ਸਨ 1955 ਦੇ ਵਿੱਚ ਐਕਟ ਬਣਿਆ ਔਰ 1951 ਦੇ ਵਿੱਚ ਪਹਿਲੀ ਸੋਧ ਹੁੰਦੀ ਹੈ ਸਾਡੇ ਕੰਸਟੀਟਿਊਸ਼ਨ ਦੇ ਵਿੱਚ ਔਰ ਉਹਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੇ ਕਿਸਾਨ ਫਸਲ ਪੈਦਾ ਕਰਨਗੇ ਇਹਨਾਂ ਨੂੰ ਸੈਂਸ਼ੀਅਲ ਕਮੋਡਿਟੀ ਐਕਟ ਦੇ ਅੰਡਰ ਲਿਆਂਦਾ ਜਾਏਗਾ ਔਰ ਜਿਹੜੇ ਵੀ ਇਸ 1951 ਦੀ ਜਿਹੜੀ ਸੋਧ ਹੋਈ ਉਸ ਸੋਧ ਦੇ ਵਿੱਚ ਜਿਹੜੇ ਕਾਨੂੰਨ ਆ ਜਾਣਗੇ ਉਹਨਾਂ ਕਾਨੂੰਨਾਂ ਦੇ ਖਿਲਾਫ ਭਾਰਤ ਦੀ ਜਨਤਾ ਕੋਰਟ ਨਹੀਂ ਜਾ ਸਕੇਗੀ ਅੱਜ ਬਿਲਕੁਲ ਸੇਮ ਚੀਜ਼ ਹੈ ਜਿਹੜੀ ਅੱਜ ਹੋ ਰਹੀ ਹੈ ਉਦੋਂ ਵੀ ਕਿਹਾ ਗਿਆ ਵੀ ਲੋਕ ਕੋਰਟ ਨਹੀਂ ਜਾ ਸਕਣਗੇ ਫਸਲ ਦਾ ਭਾਅ ਲੈਣ ਵਾਸਤੇ ਅੱਜ ਫਿਰ ਕਿਹਾ ਗਿਆ ਕਿ ਕੋਰਟ ਜਾਣ ਦਾ ਰਸਤਾ ਕਿਸਾਨ ਲਈ ਬੰਦ ਕਰ ਦਿੱਤਾ ਗਿਆ ਨਵੇਂ ਕਾਨੂੰਨਾਂ ਦੇ ਜ਼ਰੀਏ ਤੋ ਇੱਕ ਲੰਬੀ ਪ੍ਰਕਿਰਿਆ ਹੈ ਜਿਹਦੇ ਤਹਿਤ ਲੋਕਾਂ ਨੂੰ ਮੁੜ ਦੁਬਾਰਾ ਗੁਲਾਮ ਬਣਾ ਕੇ ਰੱਖਣ ਲਈ
एक यतनशील सी सरकार और सरकार चाहती सी कि किमें लोगों को करजाई करके किमें लोगों के कोलों असी जमीन हड़प करनी है और वह तो जोर लगे रहे हैं। सर हल की निकलता अगर दिस रहा हूँ तो आप खेती कानूनों की गल कर रहे हैं, सिर्फ एक खेती कानून केंद्रित ने जोड़ा अंदोलन आ जा एम एस पी की गल करते हैं तो यहाँ जो बाकी जो पंजाब की स्थिति आ बाकी जो जमीन की गल हल की निकलता तुम दस रहा किसान अंदोलन का एक खेती कानून आ जोड़े एक पार्ट ने मैं पहला भी बहुत बारी गल कही और पहला हूँ भी तो मैं बेनती करके हटिया है कि एक पहली लड़ाई है जिदे असी जमीन बचाने जिन्होंने मान लो असी अज स्वामीनाथन की रिपोर्ट की मांग करते हैं करते रहना हूँ तिकर असी लेकिन अज स्वामीनाथन की रिपोर्ट एक साइड पर चली गई। स्वामीनाथन की रिपोर्ट तो पहला साड़ी गल की आ गई कि एक खेती कानून रद्द करो, खेती कानून तो पहला हुण साड़ी एक मंग होर आ गई कि जिहड़े बच्चे जेल च ने जिहड़े नौजवान किसान जेल च ने वो किसान रिहा करो। तो सानू बड़ा मतलब सीरीयसली बड़ी समझदारी दे नाल अंदोलन लड़ना पैना है ताकि साडा जिहड़ा ध्यान वो डाइवर्ट ना हो सके, सरकार साडा ध्यान डाइवर्ट करने में सफल ना हो सके और ये खेती कानूनों नू रद्द करवा के फिर साड़ी लड़ाई है जिहड़ी अगली लड़ाई है जिहड़ी स्वामीनाथन की रिपोर्ट पर आवे क्योंकि जे असीं जमीन के मालक रहांगे फसल के मालक रहांगे तो ही जाके सानू स्वामीनाथन की रिपोर्ट की लोड़ है, जे असीं जमीन के मालक ना रहे जे असीं फसल के मालक ही ना रहे तो फिर सानू स्वामीनाथन की रिपोर्ट की भी कोई लोड़ नहीं है। इस करके ये लड़ाई ने स्वामीनाथन की रिपोर्ट का उस तो अगला स्टैप होएगा, उस तो अगले स्टैप के भी आएगा कि गेट तो भारत बाहर आवे वो सारिया गल्लां अगे जाके होणगियां। पूरा भारत इस वक्त अंदोलन दे विच शामिल पूरे भारत दीआं स्टेटां जिहड़ियां उहनां दे लोक जिहड़े ने किसान आगू जिहड़े ने इस अंदोलन दे विच शामिल ने तो तुहानूं लगदा नहीं है कि इस वक्त राजनीति भी बदलण की लोड़ आ क्योंकि लगातार असीं राजनीतिक लोकां दी गल करदे हां कि इन्हां ने साडे देश नूं बर्बाद करता जां इस वक्त नरेंद्र मोदी की गल इस वक्त की जाती पर नरेंद्र मोदी राज्यसभा कहते हैं कि प्रधानमंत्री जिहड़े मनमोहन सिंह साबका प्रधानमंत्री उन्होंने उन्होंने वालों जे कानून जिहड़े लैके आते थे अभी उन्होंने लागू किया। लगातार सारिया सरकारां दी गल हुंदी आ कि सारिया सरकारां जिहड़ियां किसान विरोधी ने तुहानूं लगता नहीं कि राजनीति दे विच भी बदलाव चाहिए? देखो राजनीति दे विच बदलाव नालों मेरी भावना हो रहा है, देखो अड्डो अड्डी लीडरशिप की किसी की भावना की हो सकती है किसी की हो सकती है। मेरी भावना यह कहती है जी मैं सोचता मेरी सोच यह कहती है कि राजनीति नहीं हल हल है यदा प्रैशर ग्रुप बना के रखना। अगर पूरे देश का किसान अज राजनीति तो उपर उठ के जिमें अज लड़ रहा है अगर सचियों इस तरह मतलब आपके हकों जागरूक होकर लड़ता रहा तो असी बहुत छेती सारा कुछ सारे मसलों का हल करवा लाँगे। जेकर असी मान लो सत्ता चले जाने जिमें तुम गल कही है भी राजनीति बदलने की लड़ है पार्टी बन जाती है पार्टी जाके मतलब सरकार बना के बह जाती है तो सरकार के सामने ये सारिया समस्यावान सरकार के सामने भी होगी जिमें मतलब गैट का प्रैशर वो सरकार से भी होएगा जिमें कि मतलब गैट के साइन जिमें तुम हमने गल करके हटे हो कि नरेंद्र मोदी जी कहते हैं कि ये मतलब मनमोहन सिंह होर ही कानून सके ये ठीक है उनकी कोई गलत नहीं गल है क्योंकि जोड़ा गैट से साइन हो 1994 उदो सरकार कि नरसिम्हा राव कांग्रेस की सरकार सी और खजाना मंत्री मनमोहन सिंह और ये एक बहुत लंबी कहानी है जिस तरीके दे नाल सारे अमले फैले ने जोर ला के गैट ते साइन करवाए और गैट दे विच दर्ज है कि किसानां नूं फसल का भा देना जां इन्हां नूं जिहड़ा मिनीमम सपोर्ट प्राइस के नाल नाल जिहड़ियां इन्हां नूं सबसिडियां देनियां ये देनियां बंद करो ये गैट च लिखिया है और उसे दी रोशनी दे विच सारे कानून बन के आए हैं कि किसी ना किसी तरीके दे नाल मतलब विंगे टेढ़े ढंग दे नाल इन्हां नूं MSP देनी बंद की जा सके और विंगे टेढ़े ढंग दे नाल इन्हां नूं सबसिडियां देनियां बंद की जा सकन। हुण तुसीं सबसिडियां दे मामले ते देख नहीं रहे, सरकार अज ये कह दिंदी है लिखो जी तुसीं पैसे जमा करवाओ पहलां बिजली का बिल फिर तुहाडे खाते च पैसे भेजांगे ये कह रहे ना। इस तरह कल नूं मतलब खाद के संबंध च भी कहणगे होर गल्लां ते भी कहणगे तो जिन्ना कुछ भी सानूं सबसिडी मिल रही है उन्हां दी कोई पिछे जे कहा इन्हां ने कि तुसीं जिहड़े सिलंडर ने सिलंडर के पहला पैसे सारे जमा करवाओ मुड़ के सबसिडी तुहाडे खजा खाते दे विच जमा करवावांगे असीं तो सारा एक तरह का मतलब षडयंत्र है कि किसानां नूं हौली 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 सबसिडी तो मतलब पैर पिछा खिंचण दा इह जो जिहड़ी दिशा निर्देश गैट दे रहा है उसे ते साडी सरकार काम कर रही है और गैट कित्थों आया ये नरसिम्हा राव जी की सरकार चों आया। तो इस करके अज सरकारां दी मंशा अज कांग्रेस है अगर पंज आदमी भी विरोध करने वाले होण तो पांच आदमी भी मतलब पार्लीमेंट के बच्चे धूड़ पट देंगे लेकिन ये तो बहुत सारे है नहीं कुछ हों कारण की है कारण यह उन्होंने पता है कि अज नरेंद्र मोदी निशाना हो गया अगर ये कानून नरेंद्र मोदी के होंदया होंदया लागू हो जा जो आने वाला समय है इन्होंने कानूनों के लागू होने के कारण लोग सानू वोटा पागे
असी सत्ता ते आवांगे और कानून लागू हो चुके होणगे इस दे आधार दे उत्ते असी फिर मतलब आराम नाल बैठ के सत्ता दा आनंद भोगांगे। इस कोशिश है लगातार डेडलॉक बनिया होया वा अगे कोई सुनेहा आ नहीं रहा ज किसान अगों वालों क्या जा रहा किसानों सुनेहा नहीं आ रहा तो उन्होंने वालों क्या जा सरकार वालों क्या जा रहा फोन कॉल की दूरी पर आ तो हूँ अगे अंदोलन की स्थिति की होगी। कल परसों साड़ी एक आगू ना गल होंगी किसान आगू ना वो कहते कई आगू जोड़े ने इतने राजनीतिक लाह लैन लिए भी कोशिश कर रहे हैं इस अंदोलन के पिछों। नहीं देखो मैनू नहीं लग रहा गा कोई यही गल होएगी कोई कोई राजनीतिक लाह लैन वाली गल मेरे नज़र नहीं आ रही। सारे आगू शहर दिता दे नाल इस अंदोलन के नाल जुड़े हुए ने अंदोलन लड़ रहे हैं। रही गल फोन कॉल की या मतलब डेडलॉक की डेडलॉक बड़ा स्पष्ट है कि डेडलॉक बनया होया है सरकार बाजे दा है। सरकार इस वेले 26 की घटना तो बाद मनी बैठी है कि अंदोलनकारियों के धौन के उत्ते सरकार का गोडा आ गया कि ये मन रही है। लेकिन जिस तरह की मूवमेंट मतलब जोर फड़ रही है होरना स्टेटा के मूवमेंट फैल रही है तो यह बहुत छेती तुसी देखोगे पलटी बजनी है और यही मतलब सरकार को दोबारा फिर मतलब लोगों गलबात अपने सही ट्रैक के उत्ते आना पैना है और सरकार आपका दा पेज वरतदियाँ होंदिया वरते उन्होंने आपदे और असं भी संजम लड़ाई लड़ा संज कि चेर ना मतलब सरकार साढ़े गल करेगी हूँ असी सरकार दिनत करके थोड़ी कहे भी साढ़े गलबात करो ये तो सरकार की मर्जी है जिन्ना चर मर्जी ना गलबात करे। और असी जोड़े अंदोलनकारी होंने ना जी अंदोलनकारी व्यक्तियों मानसिक तौर पर इन्ने क तैयार तो होना ही पैदा होंगे कि सरकार सानू जेल च भी लिजा सकती है सरकार साढ़े में पानी दी सहूलत भी बंद कर सकती है सरकार ने साडा नैट भी बंद करके वेख्या है सरकार साड़िया सारिया सहूलत अंदोलनकारी जे ये उम्मीद लैके इतने आके अंदोलन करने वास्ते बैठना भी सानू सरकार सारिया सहूलत देवे फिर सरकार ना लड़ाई कदी हुई असं लड़ाई लड़ रहे हैं किसी ना जिदे लड़ाई लड़ रहे हैं वो तो उम्मीद नहीं रखी जा सकती भी वो सानू सहूलत दे। इस करके इस लड़ाई के असी लोग डटे हुए ने आने वाले दिनों के अंदोलन ने होर प्रचंड होना होर तकड़ा होना और सरकार हर हाल के किसानों की गल सुननी पैनी कल गल नहीं सुननी पैनी एक कानून रद्द करने पैने। किस प्रकार का तिखा हो सकता डलेवाल साहब अंदोलन जिमें हुण रेलां रोकिया जाणिया ने जां राजस्थान के जिहड़े टोल प्लाजे फ्री किए जाने ने ताल तां लगता कि सरकार की अख जी खुलूगी इन इस रेल ये गल्लां होंदियां होंदियां है। अंदोलन किस रूप च जाना है किवें होना है ये देश लैवल दियां 400 जथेबंदियां मिलकर अंदोलन की रूपरेखा तैयार कर दियां। मेरे वालों यह कहा जाना किसी भी तरह वाजिब नहीं होएगा कि अंदोलन का अगला रूप की होएगा पर यह जरूर है कि अंदोलन जिन्ना चिर मतलब किसानों के मुद्दों का हल नहीं होंदा अंदोलन उन्ना चिर जारी रहेगा चाहे किन्ना भी लंबा चले लोग तैयार ने असी तैयार हैं ये लड़ाई जितांगे। तो यह किसान आगू जगजीत सिंह डल्लेवाल जिन्होंने कहा कि अंदोलन जिहड़ा वह लंबा जा सकता तो असी इस लंबे अंदोलन लिए हमेशा तैयार हाँ सी तो तैयार रहांगे। फिलहाल दे इजाजत कैमरामैन बलजीत अंतरप्रीत सिंह खैरा लिबरल टीवी पंजाबी सिंघू बार्डर दिल्ली।